ਇਹ ਗੱਲ ਵੀ ਉਹਨਾਂ ਮਹਾਂਪੁਰਖਾਂ ਨੇ ਕਹੀ ਹੈ, ਲਿਖਤ ਵਿੱਚ ਵੀ ਹੈ ਕਿ ਦਸਵੇਂ ਪਾਤਸ਼ਾਹ ਦੇ ਘਰ ਜੋ ਸਾਹਿਬਜ਼ਾਦੇ ਆਏ ਚਾਰ, ਉਹ ਵੀ ਆਮ ਨਹੀਂ ਸਨ। ਕਿਉਂਕਿ ਦਸਵੇਂ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸਨ, ਜਿਨ੍ਹਾਂ ਦੇ ਹੁਕਮ ਅੰਦਰ ਬ੍ਰਹਮਾ ਵਿਸ਼ਨ ਮਹੇਸ਼ ਸਾਰੇ ਚੱਲਦੇ ਹਨ। ਤੇ ਅਕਾਲ ਪੁਰਖ ਦੀ ਖੁਸ਼ੀ ਪ੍ਰਸੰਨਤਾ ਪ੍ਰਾਪਤ ਕਰਨ ਵਾਸਤੇ ਕਹਿੰਦੇ ਚਾਰ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਜੀ, ਉਹ ਵਿਸ਼ਨੂੰ ਜੀ ਦਾ ਅਵਤਾਰ ਸਨ, ਜੁਝਾਰ ਸਿੰਘ ਜੀ ਉਹ ਮਹਾਦੇਵ ਦਾ ਅਵਤਾਰ ਸਨ ਸ਼ਿਵਜੀ ਦਾ, ਬਾਬਾ ਜ਼ੋਰਾਵਰ ਸਿੰਘ ਜੀ ਬ੍ਰਹਮਾ ਦਾ ਅਵਤਾਰ,